ਸਿੰਗਰ ਰੁਪਿੰਦਰ ਹਾਂਡਾ ਅਤੇ ਬੱਬੂ ਮਾਨ ਦੇ ਫੈਨਸ ਦੇ ਵਿੱਚ ਵਿਵਾਦ ਵੱਧਦਾ ਜਾ ਰਿਹਾ ਹੈ। ਜਿੱਥੇ ਰੁਪਿੰਦਰ ਹਾਂਡਾ ਨੇ ਆਪਣੇ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਸੀ ਜਿਸ ਦੇ ਵਿੱਚ ਬੱਬੂ ਮਾਨ ਦੇ ਫੈਨਸ ਨੂੰ ਲੀਰਾਂ ਕਿਹਾ ਗਿਆ ਸੀ। ਇਸੀ ਵਰਤੇ ਗਏ ਸ਼ਬਦ ਲੀਰਾਂ ਨੂੰ ਲੈ ਕੇ ਬੱਬੂ ਮਾਨ ਦੇ ਫੈਨਸ ਵਿੱਚ ਕਾਫ਼ੀ ਰੋਸ਼ ਦੇਖਣ ਨੂੰ ਮਿਲਿਆ ਅਤੇ ਰੁਪਿੰਦਰ ਹਾਂਡਾ ਨੂੰ ਕਮੈਂਟਸ ਰਾਹੀਂ ਕਾਫ਼ੀ ਕੁਝ ਬੋਲਿਆ, ਜਿਸ ਤੋਂ ਬਾਅਦ ਰੁਪਿੰਦਰ ਹਾਂਡਾ ਨੇ ਇੱਕ ਸਟੋਰੀ ਪਾਈ ਅਤੇ ਉਸਦੇ ਵਿੱਚ ਲਿਖਿਆ ਹੋਇਆ ਸੀ, ਇੱਕ ਵਰਡ ਲੀਰ ਨਾਲ ਕਿਸੇ ਨੂੰ ਇੰਨੀ ਪ੍ਰੋਬਲਮ ਕਿਵੇਂ ਹੋ ਸਕਦੀ ਹੈ, ਨਾਲੇ ਜੋ ਆ ਕੇ ਸਾਡੇ ਪੇਜ 'ਤੇ ਗੰਦ ਬੋਲ ਰਹੇ ਆ ਉਹ ਆਪ ਦੱਸ ਰਹੇ ਨੇ ਉਹ ਕੌਣ ਹੁੰਦੇ, ਕੈਰੀ ਔਨ। ਅਤੇ ਇਸ ਪੋਸਟ ਦੇ ਨੀਚੇ ਬੱਬੂ ਮਾਨ ਨੂੰ ਵੀ ਮੈਂਸ਼ਨ ਕੀਤਾ ਗਿਆ ਸੀ। ਜਿੱਥੇ ਇੱਕ ਬੱਬੂ ਮਾਨ ਦੀ ਫੈਨ ਨੇ ਰੁਪਿੰਦਰ ਹਾਂਡਾ ਨੂੰ ਕਮੈਂਟਸ ਮੈਸੇਜ ਕੀਤੇ ਸਨ ਤਾਂ ਉਸਦੀ ਪ੍ਰੋਫਾਈਲ ਦਾ ਸਕਰੀਨਸ਼ੋਟ ਪਾਉਂਦੇ ਹੋਏ ਰੁਪਿੰਦਰ ਹਾਂਡਾ ਨੇ ਕਿਹਾ, ਐਡ ਹਰ ਅਤੇ ਥੋੜ੍ਹਾ ਗਿਫਟ ਵੀ ਦਿਓ ਇਹਨੂੰ। ਅਗਲੀ ਸਟੋਰੀ 'ਚ ਇਹਦੀ ਚੈਟ ਵੀ ਪਾਉਂਦੀ ਹਾਂ, ਚੰਗੇ ਘਰ ਦੀ ਕੁੜੀ ਬਹੁਤ ਸੋਹਣਾ ਬੋਲੀ ਹੈ। ਤੁਹਾਨੂੰ ਦੱਸ ਦੇ ਇਸ ਪੋਸਟ ਦੇ ਵਿੱਚ ਰੁਪਿੰਦਰ ਹਾਂਡਾ ਨੇ ਚੈਟ ਦੀ ਗੱਲ ਤਾਂ ਕੀਤੀ ਪਰ ਅੱਗੇ ਕੋਈ ਚੈਟ ਸ਼ੇਅਰ ਨਹੀਂ ਸੀ ਕੀਤੀ। ਅਤੇ ਅਗਲੀ ਸਟੋਰੀ ਵਿੱਚ ਰੁਪਿੰਦਰ ਹਾਂਡਾ ਨੇ ਉਸਦੀ ਕੁੜੀ ਦੀ ਇੱਕ ਅਗਲਾ ਸਕਰੀਨਸ਼ੋਟ ਸ਼ੇਅਰ ਕੀਤਾ ਜਿਸ ਦੇ ਵਿੱਚ ਉਸਨੇ ਰੁਪਿੰਦਰ ਹਾਂਡਾ ਨੂੰ ਬਲੌਕ ਕੀਤਾ ਹੋਇਆ ਸੀ ਅਤੇ ਰੁਪਿੰਦਰ ਹਾਂਡਾ ਨੂੰ ਸ਼ੋਅ ਹੋ ਰਿਹਾ ਸੀ ਯੂਜ਼ਰ ਨੋਟ ਫਾਊਂਡ ਅਤੇ ਲਿਖਿਆ, ਬਸ ਇੰਨੇ ਜੋਗੇ ਹੀ ਨੇ ਇਹ, ਬਸ ਇਨਬੋਕਸ ਵਿੱਚ ਮੈਸੇਜ ਵਿੱਚ ਹੀ ਬੋਲਣ ਜੋਗੇ ਨੇ। ਕਿਸੇ ਹੋਰ ਦੀ ਧੀ ਨੂੰ ਸੋਸ਼ਲ ਮੀਡੀਆ 'ਤੇ ਆ ਕੇ ਗੰਦ ਬੋਲਣਾ ਹੀ ਸੌਖਾ ਹੈ, ਜਦੋਂ ਆਪ ਨਾਲ ਹੁੰਦੀ ਫਿਰ ਪਤਾ ਲੱਗਦਾ ਬੀਬਾ। ਅਤੇ ਉੱਥੇ ਹੀ ਅਗਲੀ ਸਟੋਰੀ ਵਿੱਚ ਰੁਪਿੰਦਰ ਹਾਂਡਾ ਨੇ ਸ਼ੇਅਰ ਕੀਤਾ ਜੋ ਕਿ ਕਿਸੇ ਬੱਬੂ ਮਾਨ ਦੇ ਫੈਨ ਦੁਆਰਾ ਲਿਖੀ ਗਈ ਪੋਸਟ ਸੀ, ਸਾਰੇ ਮਾਨ ਫੈਨਾਂ ਨੂੰ ਬੇਨਤੀ ਹੈ ਕਿ ਰੁਪਿੰਦਰ ਹਾਂਡਾ ਨੂੰ ਇਗਨੋਰ ਕਰੋ, ਉਹ ਕੁਝ ਵੀ ਪੋਸਟ ਕਰੇ ਕੁਝ ਵੀ ਬੋਲੇ ਤੁਸੀਂ ਕੁਝ ਨਹੀਂ ਬੋਲਣਾ, ਨਾ ਹੀ ਇਹਦੀ ਪੋਸਟਾਂ ਸਟੋਰੀਆਂ ਦੇਖਣੀਆਂ, ਇਸ ਦਾ ਗਾਣਾ ਆਉਣਾ ਇਸ ਹਫ਼ਤੇ ਤਾਂ ਕਰਕੇ ਇਹ ਸਾਰੀ ਗੇਮ ਖੇਡ ਰਹੀ ਹੈ। ਸੋ ਸਾਰੇ ਫੈਨ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਬੱਬੂ ਮਾਨ ਨੂੰ ਸੁਣਦੇ ਹੋ ਤਾਂ ਉਹਦੇ ਵਰਗੀ ਸੋਚ ਵੀ ਰੱਖਿਆ ਕਰੋ, ਪਾਗਲਾਂ ਵਾਂਗ ਡਿਸਲਾਈਕ ਕਮੈਂਟ ਕਰਨ ਨਾ ਚਲੇ ਜਾਇਆ ਕਰੋ। ਸੋ ਵੀਰੋ ਇਗਨੋਰ ਕਰੋ ਇਹਨਾਂ ਖੱਚਾਂ ਨੂੰ, ਇਹ ਮੈਸੇਜ ਉੱਪਰੋਂ ਆਇਆ ਹੈ, ਉਮੀਦ ਕਰਦੇ ਹਾਂ ਕਿ ਸਾਰੇ ਅਮਲ ਕਰਨਗੇ, ਧੰਨਵਾਦ। ਅਤੇ ਰੁਪਿੰਦਰ ਹਾਂਡਾ ਨੇ ਇਸ ਦੇ ਵਿੱਚ ਲਿਖਿਆ, ਇਹ ਪਬਲਿਕ ਹੈ ਸਭ ਜਾਣਤੀ ਹੈ, ਕਰੋ ਇਗਨੋਰ ਹੁਣ। ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਰੁਪਿੰਦਰ ਹਾਂਡਾ ਲਾਈਵ ਵੀ ਆਈ ਸੀ ਜਿਸ ਦੇ ਵਿੱਚ ਉਸਨੇ ਕਈ ਗੱਲਾਂ ਕੀਤੀਆਂ ਅਤੇ ਉੱਥੇ ਇੱਕ ਪੋਸਟ ਹੋਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਰੁਪਿੰਦਰ ਹਾਂਡਾ ਦੇ ਫੋਲੋਅਰਸ 1 ਮਿਲੀਅਨ ਹਨ ਅਤੇ ਉਸਦੇ ਲਾਈਵ ਦੇ ਵਿੱਚ ਵਿਊ ਸਨ 672, ਜਿਸ ਨੂੰ ਇਹ ਕਹਿ ਕੇ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ ਕਿ ਇਸਦੇ ਫੋਲੋਅਰ ਫੇਕ ਹਨ। ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਵਿਚਾਰ ਹਨ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਅਤੇ ਹੋਰ ਵੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ। ਹੋਰ ਵੀ ਲੇਟੈਸਟ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।